ਐਬਸੋਲੂਟ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਜੀ। ਅਤੇ ਪਿਛਲੇ ਸਬਕ ਦੇ ਵਿੱਚ ਤੁਹਾਨੂੰ ਚੇਤਾ ਹੋਣਾ ਕਿ ਆਪਾਂ ਲਾਵਾਂ ਦੀ ਵਰਤੋਂ ਸਿੱਖੀ ਸੀ। ਉਸ ਤੋਂ ਪਹਿਲਾਂ ਆਪਾਂ ਮੁਕਤਾ, ਕੰਨਾ, ਮਹਿਰ, ਇੱਕ ਵਾਰ ਤੁਹਾਨੂੰ ਦੱਸ ਦਿੰਦਾ, ਸਿਆਰੀ, ਬਿਹਾਰੀ, ਔਂਕੜ, ਦੁਲੈਂਕੜ, ਅਤੇ ਉਸ ਤੋਂ ਬਾਅਦ ਆਪਾਂ ਲਾਵਾਂ ਸਿੱਖੀਆਂ ਸੀ। ਹੁਣ ਦੋ ਲਾਵਾਂ, ਦੋ ਲਾਵਾਂ ਦਾ ਮਤਲਬ ਦੋ, ਤੁਹਾਨੂੰ ਪਤਾ ਹੀ ਹੈ, ਦੋ, ਇੱਕ ਦੋ, ਅਤੇ ਲਾਵਾਂ ਦੋ ਲਾਵਾਂ ਜਿਹੜੀਆਂ ਅੱਖਰ ਦੇ ਉੱਪਰ ਲੱਗਦੀਆਂ, ਇੱਕ ਦੇ ਥਾਂ ਆਹ ਦੋ ਲਾਵਾਂ। ਅਤੇ ਇਹਨਾਂ ਦੀ ਆਵਾਜ਼ ਜਿਹੜੀ ਲਾਵਾਂ ਦੀ ਆਵਾਜ਼ ਸੀ ਏ ਸੀ, ਇਹਨਾਂ ਦੀ ਆਵਾਜ਼ ਆਉਣੀ ਆ ਐ। ਆਪਾਂ ਇਹਦੀਆਂ ਤੁਹਾਡੇ ਨਾਲ ਥੋੜ੍ਹੀਆਂ ਜਿਹੀਆਂ ਮਿਸਾਲਾਂ ਸਾਂਝੀਆਂ ਕਰਾਂਗੇ। ਮੈਂ ਤੁਹਾਨੂੰ ਉਦਾਹਰਣ ਦੇ ਕੇ ਦੱਸਾਂਗਾ ਜਿਸ ਤਰ੍ਹਾਂ ਆਪਾਂ ਲਿਖਣਾ ਹੈਗਾ ਆ। ਇਹ ਪਹਿਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਲਾਵਾਂ ਜਿਹੜੀਆਂ ਉਹ ਇਕੱਲੀ ਈੜੀ ਦੇ ਉੱਪਰ ਆਪਾਂ ਵਰਤ ਸਕਦੇ ਹਾਂ, ਐੜਾ ਅਤੇ ਊੜਾ ਦੇ ਉੱਪਰ ਨਹੀਂ। ਅਤੇ ਇਹ ਜਿਹੜੀਆਂ ਦੋ ਲਾਵਾਂ ਆ, ਇਹ ਯਾਦ ਹੋਣਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜੀਆਂ ਲਾਵਾਂ ਆ ਉਹ ਇਕੱਲੀ ਈੜੀ ਦੇ ਉੱਪਰ ਲੱਗਦੀਆਂ, ਅਤੇ ਇਹ ਜਿਹੜੀਆਂ ਦੋ ਲਾਵਾਂ ਇਹ ਐੜੇ ਦੇ ਉੱਪਰ ਲੱਗਦੀਆਂ। ਦੋ ਲਾਵਾਂ ਈੜੀ ਉੱਪਰ ਅਤੇ ਊੜੇ ਉੱਪਰ ਆਪਾਂ ਨਹੀਂ ਲਾਉਂਦੇ। ਇਹਦੀਆਂ ਮੈਂ ਤੁਹਾਨੂੰ ਇੱਕ ਦੋ ਉਦਾਹਰਨਾਂ ਜਿਹੜੀਆਂ ਆ ਆਪਾਂ ਦਿੰਦਾ। ਜਿਸ ਤਰ੍ਹਾਂ ਆਪਾਂ ਜੇ ਲਿਖਣਾ ਹੋਵੇ, ਮਿਸਾਲ ਵਜੋਂ ਆਪਾਂ ਲਿਖਣਾ ਹੋਵੇ ਮੇਲਾ, ਇਹ ਤੁਹਾਨੂੰ ਚੇਤਾ ਹੋਣਾ ਕਿ ਮੇਲਾ ਮੰਮਾ, ਲੱਲਾ ਅਤੇ ਲੱਲੇ ਨੂੰ ਕੱਲਾ, ਮੇ ਮੇਲਾ। ਪਰ ਆਪਾਂ ਲਿਖਣਾ ਹੈਗਾ ਆ ਮੈਲਾ, ਤਾਂ ਇੱਥੇ ਆਪਾਂ ਨੂੰ ਦੋ ਲਾਵਾਂ ਲਾਉਣੀਆਂ ਪੈਣੀਆਂ। ਇਹ ਤਾਂ ਥੋੜ੍ਹੀ ਜਿਹਾ ਗਾਹਾਂ ਜਾ ਕੇ ਆਪਾਂ ਸਿੱਖਾਂਗੇ ਕਿ ਲੱਲੇ ਦੇ ਪੈਰ ਵਿੱਚ ਬਿੰਦੀ ਵੀ ਕਈ ਵਾਰੀ ਲਾ ਲੈਂਦੇ, ਜਿਹੜੀ ਆਮ ਬਹੁਤ ਘੱਟ ਆ, ਕਿਉਂਕਿ 35 ਅੱਖਰ ਤੁਸੀਂ ਸਿੱਖੇ ਸੀ ਅਤੇ ਨਾਲ 5 ਜਿਨ੍ਹਾਂ ਅੱਖਰਾਂ ਦੇ ਥੱਲੇ ਬਿੰਦੀ ਹੁੰਦੀ। ਪਰ ਉਦੋਂ ਵੀ ਮੈਂ ਦੱਸਿਆ ਸੀ ਕਿ 6 ਅੱਖਰਾਂ ਥੱਲੇ ਬਿੰਦੀ ਕਈ ਵਾਰ ਲਾਉਂਦੇ ਆ। ਲੱਲਾ ਜੇ ਉਹਦੇ ਥੱਲੇ ਜੇ ਬਿੰਦੀ ਲੱਗ ਜਾਵੇ ਤਾਂ ਉਹਨੂੰ ਲੱਲੇ ਲਾ ਦੇ ਥਾਂ ਲਾ ਹੁੰਦਾ, ਫਿਰ ਆਪਾਂ ਇਹਨੂੰ ਕਹਿਣਾ ਮੈਲਾ। ਅਤੇ ਇੱਥੇ ਬਿੰਦੀ ਪਾ ਦੇਣੀ ਆ, ਹਾਲੇ ਤੁਸੀਂ ਇਹਦਾ ਬਹੁਤਾ ਫਿਕਰ ਨਾ ਕਰੋ, ਮੈਂ ਤੁਹਾਨੂੰ ਗਾਹਾਂ ਦੱਸੂੰਗਾ ਮੈਲਾ। ਅਤੇ ਆਪਾਂ ਇੱਕ ਅੱਖਰ ਬਹੁਤ ਆਮ ਜਿਹੜਾ ਵਰਤੋਂ 'ਚ ਆਉਂਦਾ ਆ, ਐਨਕ, ਤੁਹਾਨੂੰ ਪਤਾ ਹੀ ਆ ਕਿ ਐਨਕਾਂ ਜਿਹੜੀਆਂ ਲਾਈ ਦੀਆਂ ਐਨਕ, ਅਤੇ ਉੱਥੇ ਆਪਾਂ ਲਿਖਣਾ ਹੈਗਾ ਆ ਐੜਾ, ਨੰਨਾ, ਕੱਕਾ, ਇਹ ਬਣ ਗਿਆ ਅਣਖ। ਆਪਾਂ ਲਿਖਣਾ ਹੈਗਾ ਐਨਕ, ਅਤੇ ਉੱਤੇ ਜੇ ਆਪਾਂ ਇੱਕ ਲਾਵਾਂ ਲਾਈਆਂ ਹੋਣ ਤਾਂ ਆਵਾਜ਼ ਆਉਂਦੀ ਹੈਗੀ ਏ ਦੀ, ਪਰ ਇਹ ਏ ਜੇ ਲਿਖਣਾ ਤਾਂ ਆਪਾਂ ਨੂੰ ਉੱਥੇ ਈੜੀ ਲਾਉਣੀ ਪੈਣੀ ਆ। ਅਤੇ ਦੋ ਲਾਵਾਂ ਲਾਉਣ ਲਈ ਐਨਕ ਦੀ ਆਵਾਜ਼ ਇੱਥੇ ਆਉਣੀ ਆ। ਅਤੇ ਆਪਾਂ ਸਿਰਫ ਦੋ ਚਾਰ ਹੋਰ ਜਿਹੜੇ ਇਸ ਤਰ੍ਹਾਂ ਦੀਆਂ ਮਿਸਾਲਾਂ ਦੇਵਾਂਗਾ, ਤਾਂ ਤੁਸੀਂ ਚੇਤਾ ਰੱਖਣਾ ਕਿ ਕਿਹੜਾ ਜਿਹੜਾ ਅੱਖਰ ਜਾਂ ਸਾਊਂਡ, ਕਿਸ ਤਰ੍ਹਾਂ ਦੀ ਆਵਾਜ਼ ਜਿਹੜੀ ਆ, ਉੱਥੇ ਆਪਾਂ ਜਿਹੜੀਆਂ ਦੋ ਲਾਵਾਂ ਲਾਉਣੀਆਂ। ਆਪਾਂ ਜੇ ਲਿਖਣਾ ਹੈਗਾ ਆ ਪੈਰ, ਪੈਰ ਲਈ ਤੁਹਾਨੂੰ ਪਤਾ ਲੱਗਣਾ ਹੈਗਾ ਆ ਪੱਪਾ, ਰਾਰਾ, ਦੋ ਲਾਵਾਂ। ਜੇ ਇਹਨੂੰ ਆਪਾਂ ਪੈਰ ਬਣ ਗਿਆ, ਤੁਹਾਨੂੰ ਪਤਾ ਹੋਣਾ ਕੰਨਾ ਜਿਹੜਾ ਉਹ ਆਪਾਂ ਨੂੰ ਆਵਾਜ਼ ਦਿੰਦਾ ਆਦਿ। ਜੇ ਆਪਾਂ ਇਹਨੂੰ ਲਿਖਣਾ ਹੋਵੇ ਪੈਰਾ, ਅਤੇ ਆਪਾਂ ਫਿਰ ਇੱਥੇ ਕੰਨਾ ਲਾ ਦੇਣਾ। ਅਤੇ ਤੁਸੀਂ ਕਈ ਵਾਰ ਆਪਾਂ ਜਦੋਂ ਲਿਖਦੇ ਹਾਂ ਅਤੇ ਉੱਥੇ ਕਈ ਵਾਰ ਆਪਾਂ ਨੂੰ ਪੂਰਾ ਨਹੀਂ ਚੇਤਾ ਰਹਿੰਦਾ ਕਿ ਕਿੰਨੀ ਕੁ ਲੰਬਾਈ ਰੱਖਣੀ ਜਾਂ ਨਹੀਂ, ਕਿਉਂਕਿ ਸਾਨੂੰ ਪੰਜਾਬੀ ਜਦੋਂ ਲਿਖਣੀ ਪੜ੍ਹਨੀ ਆ ਜਾਂਦੀ, ਸਾਨੂੰ ਬੋਲਣੀ ਆਉਂਦੀ, ਸਾਨੂੰ ਸਮਝ ਲੱਗ ਜਾਂਦੀ ਕਿ ਇਹਨੇ ਪੈਰ ਹੀ ਲਿਖਿਆ ਹੋਣਾ। ਅਤੇ ਜੇ ਨਹੀਂ ਤਾਂ ਤੁਹਾਨੂੰ ਪਤਾ ਕਿ ਆਪਾਂ, ਮੈਂ ਤੁਹਾਨੂੰ ਇੱਕ ਵਾਰ ਫਿਰ ਨਹੀਂ ਤਾਂ ਚੇਤਾ ਕਰਾ ਦਿੰਦਾ ਕਿ ਜਿਹੜਾ ਗੱਗਾ ਆ ਉਹ ਹੁੰਦਾ ਇੱਦਾਂ, ਇੱਥੇ ਇਹ ਬਣ ਜਾਂਦਾ ਪੈਗ, ਪਰ ਆਪਾਂ ਲਿਖਣਾ ਹੈਗਾ ਪੈਰਾ। ਅਤੇ ਆ ਥੋੜ੍ਹਾ ਜਿਹਾ ਛੋਟਾ ਆ ਕੰਨਾ, ਅਤੇ ਇਹ ਬਣ ਜਾਂਦਾ ਪੈਰਾ। ਅਤੇ ਆਪਾਂ ਇੱਕ ਦੋ ਕੁ ਹੋਰ ਤੁਹਾਨੂੰ ਮੈਂ ਦੱਸ ਦਿੰਦਾ ਹਾਂ। ਮਿਸਾਲ ਵਜੋਂ ਕਿਸੇ ਨਾਲ ਦੁਸ਼ਮਣੀ ਹੁੰਦੀ ਆ, ਆਪਾਂ ਕਹਿਣਾ ਵੈਰੀ, ਵਾਹਵਾ, ਦੋ ਲਾਵਾਂ, ਰਾਰਾ, ਇਹ ਬਣ ਗਿਆ ਵੈਰ। ਹੁਣ ਜੇ ਆਪਾਂ ਲਿਖਣਾ ਹੋਵੇ ਵੈਰੀ, ਇੱਥੇ ਭਾਵੇਂ ਆਪਾਂ ਬਿਹਾਰੀ ਦੀ ਵਰਤੋਂ ਸਿੱਖਣੀ ਪਹਿਲਾਂ ਆਪਾਂ ਸਿੱਖ ਚੁੱਕੇ ਹਾਂ, ਫਿਰ ਵੀ ਸਾਨੂੰ ਸਾਰੇ ਜਿਹੜੇ ਕੋਈ ਕੰਨਾ ਮੁਕਤਾ ਜੋ ਵੀ ਲਗਾ ਮਾਤਰਾ ਹੈ, ਸਾਰਿਆਂ ਦੀ ਚੇਤੇ ਰੱਖਣਾ ਪੈਂਦਾ। ਇਹ ਲਾਵਾਂ ਵੈਰ, ਆਪਾਂ ਜੇ ਇਹਨੂੰ ਬਣਾਉਣਾ ਹੈਗਾ ਵੈਰੀ, ਅਤੇ ਆਪਾਂ ਇੱਥੇ ਪਾਉਣੀ ਹੈਗੀ ਆ ਬਿਹਾਰੀ। ਜੇ ਆਪਾਂ ਕਹਿਣਾ, ਕਈ ਵਾਰੀ ਗਾਣਿਆਂ 'ਚ ਤੁਸੀਂ ਸੁਣਿਆ ਹੋਣਾ ਵੇ ਵੈਰੀ ਆ,
ਤੇ ਆਪਾਂ ਫਿਰ ਜੇ ਵੈਰੀਆ ਕਹਿਣਾ ਤਾਂ ਇੱਥੇ ਲਾ ਦੇਣਾ ਕੰਨੇ ਇੱਥੇ ਲੱਗਣਾ ਹੈਗਾ ਫਿਰ ਐੜਾ ਤੇ ਐੜੇ ਨੂੰ ਕੰਨਾ ਇਹ ਬਣ ਗਿਆ ਵੈਰੀਆ ਖੈਰ ਖੈਰ ਜਿਹੜਾ ਆ ਉਹ ਖੱਖਾ ਲਾਵਾਂ ਰਾਰਾ ਕਈ ਲੋਕ ਇਹਨੂੰ ਕਹਿੰਦੇ ਕਿ ਇਹ ਖੈਰ ਨਹੀਂ ਹੈ ਇਹ ਖੈਰ ਆ ਖ ਖ ਜਿਹੜੀ ਪੈਰ 'ਚ ਬਿੰਦੀ ਇੱਥੇ ਪਰ ਆਪਾਂ ਬਿੰਦੀ ਹਾਲੇ ਸਿੱਖੀ ਨਹੀਂ ਪਰ ਜੇ ਇਹ ਬਿੰਦੀ ਇੱਥੇ ਨਾਂ ਵੀ ਹੋਵੇ ਖੈਰ ਤਾਂ ਇਹ ਅੱਖਰ ਜਿਹੜਾ ਖੈਰ ਠੀਕ ਆ ਆਪਾਂ ਘੁੰਮਣ ਫਿਰਨ ਲਈ ਜਾਂਦੇ ਕਹਿਣਾ ਸੈਰ ਕਰਨ ਲਈ ਗਿਆ ਸੱਸਾ ਸੱਸੇ ਨੂੰ ਲਾਵਾਂ ਰਾਰਾ ਇਹ ਬਣ ਗਿਆ ਸੈਰ ਅਤੇ ਆਪਾਂ ਮੇਰੇ ਖਿਆਲ ਦੇ ਵਿੱਚ ਇੰਨੇ ਕੁ ਮਿਸਾਲ ਜਿਹੜੇ ਉਹ ਕਾਫੀ ਆ ਅੱਜ ਲਈ ਇਸ ਜਿਹੜਾ ਸਾਈਨ ਆ ਆਪਾਂ ਫਿਰ ਜਿਹੜੇ ਇਹ ਅੱਖਰ ਜਿਹੜੇ ਮੁਕਤਾ ਕੋਈ ਵੀ ਲਾਉਂਦੇ ਹਾਂ ਲਗਾ ਮਾਤਰਾ ਉਹ ਪੂਰੀਆਂ ਕਰਕੇ ਫਿਰ ਆਪਾਂ ਲੰਮੇ ਲੰਮੇ ਅੱਖਰ ਜਿਹੜੇ ਜ਼ਿਆਦਾ ਲਿਖਣੇ ਸਿੱਖਾਂਗੇ ਜਿੱਥੇ ਸਾਰੀਆਂ ਕਿਉਂਕਿ ਇੱਕ ਵਾਰੀ ਤੁਹਾਨੂੰ ਲਗਾ ਮਾਤਰਾ ਸਾਰੀਆਂ ਜਿਹੜੀਆਂ ਉਹ ਪੂਰੀਆਂ ਹੋ ਜਾਣ ਅਤੇ ਫਿਰ ਮੈਂ ਕੋਈ ਵੀ ਅੱਖਰ ਲਿਖਣਾ ਹੋਵੇ ਤਾਂ ਮੈਨੂੰ ਇੱਦਾਂ ਨਹੀਂ ਸੋਚਣਾ ਪੈਣਾ ਕਿ ਹੁਣ ਮੈਂ ਕਿਹੜਾ ਅੱਖਰ ਲਿਖਾਂ ਜਿਸ ਤਰ੍ਹਾਂ ਮੈਂ ਲਿਖਣਾ ਹੋਵੇ ਤੁਹਾਨੂੰ ਬਿਹਾਰੀ ਦੱਸਣੀ ਹੋਵੇ ਅਤੇ ਮੈਂ ਲਿਖ ਦੇਵਾਂ ਥੋੜ੍ਹੀਆਂ ਜਾਂ ਮੈਂ ਕੰਨਾਂ ਦੱਸਣਾ ਹੋਵੇ ਮੈਂ ਲਿਖ ਦੇਵਾਂ ਹਥੌੜਾ ਉੱਥੇ ਜਿਹੜਾ ਅੱਖਰ ਦੇ ਉੱਪਰ ਲੱਗਣਾ ਹੈਗਾ ਆ ਹੋੜਾ ਜਾਂ ਕਨੌੜਾ ਅੱਖਰ ਜਿਹੜਾ ਤੁਸੀਂ ਲਗਾ ਮਾਤਰਾ ਹਾਲੇ ਸਿੱਖੀਆਂ ਹੀ ਨਹੀਂ ਇਸ ਕਰਕੇ ਕਈ ਵਾਰੀ ਅੱਖਰ ਟੋਲਣੇ ਵੀ ਜ਼ਿਆਦਾ ਲਿਖਣੇ ਬਹੁਤੀ ਮੇਰੇ ਖਿਆਲ ਦੇ ਹਿਸਾਬ ਨਾਲ ਮੇਰੀ ਬਹੁਤੀ ਸਿਆਣਪਤ ਨਹੀਂ ਹੈ ਕਿ ਮੈਂ ਤੁਹਾਨੂੰ ਲੰਮੇ ਲੰਮੇ ਅੱਖਰ ਦੇਈ ਜਾਂਦਾ ਅਤੇ ਹਾਲੇ ਤੁਹਾਨੂੰ ਲਿਖਣਾ ਇੰਨਾ ਆਉਂਦਾ ਨਹੀਂ ਇਸ ਕਰਕੇ ਇੰਨਾ ਕੁ ਕਾਫੀ ਆ ਅਗਲੇ ਸਬਕ ਦੇ ਵਿੱਚ ਆਪਾਂ ਜਿਹੜਾ ਤੁਹਾਡੇ ਨਾਲ ਅਗਲਾ ਲਗਾ ਮਾਤਰਾ ਆਪਾਂ ਸ਼ੁਰੂ ਕਰਾਂਗੇ ਤਦ ਤੱਕ ਲਈ ਖੁਸ਼ ਰਹੋ ਰੱਬ ਰਾਖਾ।